तिन्ने सिरों घाड़ियां ने अपने देहड़ियों बाहर नहीं हुंदियां इत्थे बैठी दा भी डर मनदियां ने मेरिया नूहां वर्गा बनना बहुत मुश्किल है चोरी हो जाए पुत खाने की घरे पता नहीं ओहदे विच ही वड़िया रहना प्यार करन बच्चे ठीक है सच्चे पातशाह वध तो वध तरक्की होवे हथ बन के बेनती कर दिया पर आ जिहड़ियां दूजियां पहला फिल्मां चलियां ना बनायो गह जी फिल्म बना ठीक है चलो चलो फिल्म देखी ਕਿਵੇਂ ਲੱਗੀ ਪਹਿਲਾਂ ਤਾਂ ਇਹ ਦੱਸੋ ਕਿਉਂਕਿ ਤੁਹਾਨੂੰ ਲੋਕ ਅਕਸਰ ਸੁਣਦੇ ਰਹਿੰਦੇ ਨੇ ਉਹ ਵਧੀਆ ਬਹੁਤ ਵਧੀਆ ਲੱਗੀ ਮੈਂ ਕਹਿੰਦੀ ਆ ਵੀ ਇਹ ਜੀਆਂ ਬਣਨ ਫਿਲਮਾਂ ਤਾਂ ਸਾਡਾ ਮੂਰੇ ਬੱਚੇ ਆਪਦਾ ਸੁਧਰ ਜਾਣ ਜਿਹੜੇ ਪੁੱਠੇ ਰਾਹ ਪਏ ਹੋਏ ਨੇ ਠੀਕ ਆ ਵੀ ਜਿਹੜੇ ਇੱਕ ਆ ਜਿਹੜੇ ਮੋਬਾਈਲਾਂ 'ਚ ਵੜੇ ਨੇ ਉਹ ਮਾੜਾ ਜਾ ਮੈਂ ਵੀ ਵੜਿਆ ਰਹਿਣਾ ਵੀ ਤੇਰਾ ਮੋਬਾਈਲ ਕਿੱਥੇ ਗਿਆ ਤੂੰ ਤਾਂ ਮੋਬਾਈਲਾਂ 'ਚ ਹੁੰਦੀ ਹੈ ਹੈਗਾ ਫਿਰ ਜਾਇਜ਼ ਵਰਤੋ ਆ ਤਾਂ ਨਹੀਂ ਵੀ 24 ਘੰਟੇ ਘਰੇ ਭੰਮਾਂ ਦੀ ਚੋਰੀ ਹੋ ਜਾਏ ਪੁੱਤ ਖਾਣੇ ਦੀ ਘਰੇ ਪਤਾ ਨਹੀਂ ਉਹਦੇ ਵਿੱਚ ਹੀ ਵੜਿਆ ਰਹਿਣਾ ਦੇਖ ਲੈ ਮਤਲਬ ਬੁੱਢੇ ਭਾਵੇਂ ਭੁੱਖੇ ਮਰੀ ਜਾਣ ਤੇ ਕੋਲ ਬਸ ਉਹੀ ਗੱਲ ਹੈ ਹੁਣ ਬੁੱਢਿਆਂ ਨੂੰ ਕਿਹੜਾ ਪੁੱਛਦਾ ਆ ਦੇਖ ਲੈ ਕਿੰਨਾ ਪਿਆਰ ਕਰਦਾ ਕਿੰਨੀ ਕਮਾਈ ਕਰੀ ਹੈ ਕਿੰਨੀ ਇਹਨੇ ਉਹ ਕੀਤੀ ਹੈ ਨੂੰਹ ਨੇ 5 ਮਿੰਟ 'ਚ ਲਾ ਕੇ ਫੁੱਲ ਮੰਗ ਧਰਤਾ ਹੈ ਨਾ ਕਈ ਨੋਵਾ ਮਾਂ ਪਿਓ ਬਣਾ ਲੈਂਦੇ ਨੇ ਕਈ ਜਿਹੜੀਆਂ ਨਹੀਂ ਬਣਾਦੇ ਉਹ ਇਹ ਜੇ ਕੁਛ ਕਰਦੀਆਂ ਇਹ ਜਾ ਕੋ ਕਰਦੀਆਂ ਸਿੱਖ ਦੱਸੋ ਜਦੋਂ ਮਤਲਬ ਬੰਦਾ ਜਨਾਨੀ ਵਿਆਹੀਗੀ ਉਹਨੂੰ ਪੇਕਿਆਂ ਦਾ ਸੋਚਣਾ ਚਾਹੀਦਾ ਕਿ ਸੋਹਰਿਆਂ ਸੋਚ ਮਾਂ ਬਾਪ ਹੁੰਦੇ ਨੇ ਜਿੱਥੇ ਆ ਜਾਂਦੀ ਹੈ ਵਿਆਹੀ ਉਹ ਮਾਂ ਬਾਪ ਹੁੰਦੇ ਪਿਛਲੇ ਘਰ ਨੂੰ ਬਸ ਹਾਲ ਚਾਲ ਰਹੇਗਾ ਬਸ ਉਹ ਪਿਛਲੇ ਦਾ ਨਹੀਂ ਉਹਨੂੰ ਚਾਹੀਦਾ ਗਾਹਾਂ ਉਹੀ ਪਿਓ ਹੈ ਤੇ ਉਹੀ ਮਾਂ ਹੈ ਠੀਕ ਹੈ ਉਹੀ ਦਿਓਰ ਜੇਠ ਉਹ ਭੈਣ ਭਾਈ ਨੇ ਆਪਣੇ ਉਹਨਾਂ ਨੇ ਵੀ ਕੁਝ ਰਿਸ਼ਤੇ ਪਾੜ ਦਿੱਤੇ ਸੱਸਾਂ ਸਾਰਾ ਦਿਨ ਹਾਂਜੀ ਕੀ ਕਿਹੜੀ ਸਬਜ਼ੀ ਬਣਾ ਰਹੀ ਹੈ ਤੇਰੀ ਸੱਸ ਵਿਹਲੀ ਬੈਠੀ ਹੈ ਘਰ ਬੈਠੀ ਨੂੰ ਮੱਤਾਂ ਦੇਈ ਜਾਂਦੀਆਂ ਨੇ ਦੱਸੀ ਜਾਂਦੀਆਂ ਨੇ ਐਂ ਨਹੀਂ ਐਂ ਕਰਨਾ ਐਂ ਨਹੀਂ ਐਂ ਕਰਨਾ ਹੈ ਹਨਾ ਵੀ ਤੂੰ ਤਾਂ ਸੁੱਤੀ ਵੀ ਤੂੰ ਜਾਗਦੀ ਵੀ ਹੈ ਬਸ ਸਾਰਾ ਕੁਝ ਸਾਰਾ ਦਿਨ ਇੱਕੋ ਚੀਜ਼ਾਂ ਨਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੀਆਂ ਨੌਵਾਂ ਤਾਂ ਮੈਨੂੰ ਪਤਾ ਤੁਹਾਡੀ ਬਹੁਤ ਇੱਜ਼ਤ ਕਰਦੀ ਹੈ ਮੇਰੀਆਂ ਨੌਵਾਂ ਦਾ ਵਰਗਾ ਤਾਂ ਬਣਨਾ ਮੁਸ਼ਕਲ ਹੈ ਪੁੱਤ ਤਿੰਨੇ ਸਿਰੋਂ ਘਾੜੀਆਂ ਨੇ ਆਪਦੇ ਦੇਹੜੀਆਂ ਬਾਹਰ ਨਹੀਂ ਹੁੰਦੀਆਂ ਇੱਥੇ ਬੈਠੀ ਦਾ ਵੀ ਡਰ ਮੰਨਦੀਆਂ ਨੇ ਮੇਰੀਆਂ ਨੂੰਹਾਂ ਵਰਗਾ ਬਣਨਾ ਬਹੁਤ ਮੁਸ਼ਕਲ ਹੈ ਬੱਚੇ ਤੁਹਾਡੇ ਬੱਚੇ ਨਿਆਣੇ ਨੇ ਆਪਦੇ ਪਾਲੇ ਨੇ ਹੁਣ ਤਾਂ ਕੰਮਾਂ 'ਤੇ ਲੱਗ ਗਏ ਤਿੰਨੇ ਮੁੰਡੇ ਕੀ ਕਰਦੇ ਮੁੱਕ ਗਏ ਮੁੰਡੇ ਹੈ ਹੀ ਨਹੀਂ ਪੋਤੇ ਨੇ ਤਿੰਨੇ ਨੌਵੇਂ ਹੀ ਰਹਿ ਗਏ ਮਤਲਬ ਘਰ ਵਾਲੇ ਤਿੰਨਾਂ ਦੇ ਚਲੇ ਗਏ ਸਿਰੇ ਹਾਂਜੀ ਉਦੋਂ ਤਾਂ ਕਹਿ ਰਹੀ ਹੈ ਮਤਲਬ ਕਿ ਨਹੀਂ ਫਿਰ ਵੀ ਨੌਵਾਂ ਇੰਨੀ ਇੱਜ਼ਤ ਕਰਦੇ ਆ ਨਾ ਬਹੁਤ ਮਤਲਬ ਉਹਨਾਂ ਨੇ ਕਦੇ ਇਹ ਨਹੀਂ ਹੋਣੇ ਤਾਂ ਵੀ ਤੁਹਾਡਾ ਪੁੱਤ ਨਹੀਂ ਨਾ ਜਮਾ ਹੀ ਨਹੀਂ ਸਵਾਲ ਹੈ ਨਹੀਂ ਸਮਝ ਜਾਨੀ ਆ ਮੰਗੀ ਲੋੜੀ ਦੀ ਹੈ ਉਹ ਕੋਈ ਸਾਡੇ ਕੰਨੀ ਪੈ ਜਾ ਉਹ ਕੋਈ ਸਾਡੇ ਕੰਨੀ ਪੈ ਜਾ ਐਵੇਂ ਵਾਧੂ ਕਿਉਂ ਜਿੰਨਾ ਕੁ ਧੀ ਪੁੱਤ ਕਰਦਾ ਓਨਾ ਤਾਂ ਉਹਦਾ ਆਪਣਾ ਫਰਜ਼ ਬਣਦਾ ਹੈ ਨਾ ਓਨਾ ਕੁ ਤਾਂ ਉਹਦਾ ਕਰਨਾ ਚਾਹੀਦਾ ਸਾਨੂੰ ਚੰਗਾ ਮਾਤਾ ਜਿਉਂਦੇ ਵਾਸਤੇ ਦੋ ਵੀ ਆਹੀ ਕਹਿੰਦੇ ਹਾਂ ਵੱਧ ਤੋਂ ਵੱਧ ਇਹੋ ਜਿਹੀਆਂ ਫਿਲਮਾਂ ਬਣਨ ਤਾਂ ਮਾੜਾ ਮੋਟਾ ਸਾਡਾ ਕੋਈ ਸੁਧਾਰ ਹੋ ਜੇ ਸਾਡਾ ਤਾਂ ਬੋਲੀ ਵੀ ਖਤਮ ਹੋ ਗਈ ਹੈ ਨਾ ਸਿੱਖੀ ਤਾਂ ਖਤਮ ਹੋਈ ਤੀ ਜਵਾਨੀ ਖਤਮ ਹੋਈ ਤੀ ਸਾਡੀ ਬੋਲੀ ਵੀ ਖਤਮ ਕਰਦੇ ਜਾਂਦੇ ਨੇ ਵਾਹਿਗੁਰੂ ਜੀ ਕੀ ਫਤਿਹ।